हाँ जी, सत श्रीकाल जी सारिया, आस करदा तुसी सारे ठीक ठाक हो। दोस्तों हुण तक असीं अमर सिंह चमकीला अते विवाह अमरजोत बारे अनेकां ही वीडियोस तुहाडे नाल सांझियां कर चुके हां। अज असीं अमर सिंह चमकीला जी दी लिखत बारे गल करांगे। ओह लिखत जिहड़ी कि मशहूर किस्साकार पहलू शाह दे बराबर जा खड़ती है। ते तुहानूं इह गल सुण के भी हैरानी होगी कि अमर सिंह चमकीला जी दी लिखत वारस शाह दीआं लिखतां नाल जाके इन भिन्न मेल खांदी है। अज दी इस वीडियो विच असीं तुहानूं वारस शाह दीआं कुझ सतरां वी नाल दी नाल सांझियां करांगे, ते उस दे नाल ही तुहानूं अमर सिंह चमकीला दीआं 20 सतरां उहनां दे गीतां दे बोल वी खूब हो जिहड़े कि वारस शाह नाल मेल खांदे ने, उह वी तुहाडे नाल विच विच ਸਾਂਝੇ ਕਰਦੇ ਰਹਾਂਗੇ। ਇਹ ਵੀਡੀਓ ਉਹੀ ਸੱਜਣ ਵੇਖਣ ਜਿਹੜੇ ਅਮਰ ਸਿੰਘ ਚਮਕੀਲਾ ਜੀ ਦੇ ਗੀਤਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ, ਕਿਉਂਕਿ ਇੱਕ ਗੱਲ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਇਸ ਵੀਡੀਓ ਦਾ, ਇਸ ਜਾਣਕਾਰੀ ਦਾ ਤੁਹਾਡੇ ਸਾਰਿਆਂ ਉੱਤੇ ਬਹੁਤ ਵੱਡਾ ਪ੍ਰਭਾਵ ਪੈਣ ਵਾਲਾ ਹੈ। ਇਸ ਕਰਕੇ ਵੀਡੀਓ ਅਖੀਰ ਤੱਕ ਜ਼ਰੂਰ ਵੇਖਿਓ, ਤੇ ਅਖੀਰ ਵਿੱਚ ਸਾਨੂੰ ਕਮੈਂਟ ਕਰਕੇ ਇਸ ਵੀਡੀਓ ਬਾਰੇ ਆਪਣੇ ਵਿਚਾਰ ਜ਼ਰੂਰ ਦਿਓ। ਆਜੋ ਗੱਲਬਾਤ ਸ਼ੁਰੂ ਕਰਦੇ ਹਾਂ। ਪੰਜਾਬੀ ਗਾਇਕੀ ਸੰਬੰਧੀ ਛੇੜੀ ਕਿਸੇ ਵੀ ਕਿਸਮ ਦੀ ਬਹਿਸ ਅਮਰ ਸਿੰਘ ਚਮਕੀਲੇ ਦੇ ਜ਼ਿਕਰ ਬਿਨਾਂ ਬਿਲਕੁਲ ਅਧੂਰੀ ਹੈ। ਉਹ ਇੱਕ ਲੰਬਾ ਅਰਸਾ ਪੰਜਾਬੀ ਗਾਇਕੀ ਦੇ ਅਸਮਾਨ ਉੱਤੇ ਛਾਇਆ ਹੈ ਅਤੇ ਅੱਜ ਵੀ ਉਸੇ ਤਰ੍ਹਾਂ ਕਾਇਮ ਹੈ। ਚਮਕੀਲਾ ਪੰਜਾਬੀ ਗਾਇਕੀ ਵਿੱਚ ਇੱਕ ਵਿਸ਼ੇਸ਼ ਕਿਸਮ ਦੀ ਧਾਰਾ ਦਾ ਸੰਚਾਲਨ ਬਣਿਆ। ਜਿਵੇਂ ਵਿਗਿਆਨਕ ਖੋਜਾਂ ਵਿੱਚ ਫਰਾਇਡ ਦੀਆਂ ਵੀ ਖੋਜਾਂ ਸ਼ਾਮਲ ਹਨ, ਉਵੇਂ ਪੰਜਾਬੀ ਗੀਤਾਂ ਵਿੱਚ ਚਮਕੀਲੇ ਦੇ ਗੀਤ ਵੀ ਸ਼ਾਮਲ ਹਨ। ਸਾਡਾ ਮੰਤਵ ਚਮਕੀਲੇ ਦੀ ਕਲਾ ਦੇ ਨਿਰਖ ਪਰਖ ਕਰਨਾ ਹੈ ਤਾਂ ਜੋ ਉਸਦੀ ਗਾਇਕੀ ਅਤੇ ਗੀਤਕਾਰੀ ਨੂੰ ਬਣੇ ਬਣਾਏ ਸਾਂਚਿਆਂ ਖਾਨਿਆਂ ਤੋਂ ਬਾਹਰ ਨਿਕਲ ਕੇ ਵੀ ਸਮਝਿਆ ਜਾ ਸਕੇ। ਚਮਕੀਲੇ ਦਾ ਬਹੁਤਾ ਵਿਰੋਧ ਇੱਕ ਦੂਸਰੇ ਦੀ ਦੇਖਾ ਦੇਖੀ ਵਧੇਰੇ ਹੋਇਆ। ਚਮਕੀਲੇ ਦੇ ਗੀਤਾਂ ਬਾਰੇ ਇਹ ਇਲਜ਼ਾਮ ਲਗਾਉਣਾ ਬਿਲਕੁਲ ਬੇਬੁਨਿਆਦ ਹੈ ਕਿ ਉਸਦੇ ਗੀਤਾਂ ਵਿੱਚ ਅਸ਼ਲੀਲਤਾ ਹੈ। ਉਸਨੇ ਆਪਣੇ ਗੀਤਾਂ ਵਿੱਚ ਕਲਾ ਦਾ ਪੱਲਾ ਕਿਧਰੇ ਵੀ ਨਹੀਂ ਛੱਡਿਆ। ਉਸਦੇ ਗੀਤਾਂ ਦੀ ਪ੍ਰਸਿੱਧੀ ਵਿੱਚ ਵਿਸ਼ੇ ਦਾ ਘੱਟ, ਕਲਾ ਦਾ ਯੋਗਦਾਨ ਵਧੇਰੇ ਹੈ। ਚਮਕੀਲੇ ਦੇ ਗੀਤਾਂ ਦੀ ਜੇਕਰ ਸਹੀ ਸਮੀਖਿਆ ਕੀਤੀ ਜਾਵੇ ਤਾਂ ਕਲਾ ਪੱਖੋਂ ਉਹਨਾਂ ਵਿੱਚੋਂ ਸਿੱਖਣ ਲਈ ਬਹੁਤ ਕੁਝ ਮਿਲੇਗਾ। ਉਸਦੇ ਗੀਤ ਉਹੀ ਕੁਝ ਬਿਆਨ ਕਰਦੇ ਹਨ ਜੋ ਕੁਝ ਪੰਜਾਬੀ ਸੱਭਿਆਚਾਰ, ਖਾਸ ਕਰਕੇ ਮਲਵਈ ਸੱਭਿਆਚਾਰ ਵਿੱਚ ਹੁੰਦਾ ਰਿਹਾ ਹੈ। ਉਸਦੇ ਗੀਤ ਸਿਰਫ ਬਿਆਨ ਪੱਖੋਂ ਬੋਲਡ ਹਨ ਕਿ ਪੰਜਾਬੀ ਸੱਭਿਆਚਾਰ ਵਿੱਚ ਦਿਉਰ ਭਰਜਾਈ, ਜੀਜਾ ਸਾਲੀ, ਜੇਠ ਭਰਜਾਈ, ਇੱਥੋਂ ਤੱਕ ਕਿ ਨੂੰਹ ਸਹੁਰੇ ਦੇ ਵੀ ਨਜਾਇਜ਼ ਸੰਬੰਧ ਨਹੀਂ ਰਹੇ। ਚਮਕੀਲੇ ਦਾ ਕਸੂਰ ਸਿਰਫ ਇੰਨਾ ਕੀ ਹੈ ਕਿ ਉਸਦੀ ਕਲਮ ਨੇ ਇਹਨਾਂ ਰਿਸ਼ਤਿਆਂ ਦਾ ਬਿਆਨ ਕਰਨ ਵਿੱਚ ਕਮਾਲ ਦੀ ਹੱਦ ਤੱਕ ਪਹੁੰਚ ਕੀਤੀ ਹੈ। ਉਸਦੇ ਗੀਤਾਂ ਵਿੱਚ ਸਿਰਫ ਇਹ ਨਜਾਇਜ਼ ਰਿਸ਼ਤੇ ਹੀ ਨਹੀਂ ਬਲਕਿ ਪੂਰਾ ਮਲਵਈ ਸੱਭਿਆਚਾਰ ਅਤੇ ਮਲਵਈ ਬੋਲੀ ਦੀ ਜਿੰਦ ਜਾਨ ਪੇਸ਼ ਹੋਈ ਹੈ। ਇਸੇ ਤਰ੍ਹਾਂ ਚਮਕੀਲੇ ਦੇ ਗੀਤਾਂ ਵਿੱਚ ਵਿਆਹ ਤੋਂ ਬਾਅਦ ਦੇ ਰਿਸ਼ਤਿਆਂ ਦਾ ਜ਼ਿਕਰ ਵਧੇਰੇ ਹੈ। ਉਸਦੇ ਗੀਤ ਸੁਰੇਲੇ ਹੀ ਨਹੀਂ ਚਮਕੀਲੇ ਵੀ ਹਨ। ਉੱਚੀ ਸੁਰ ਵਿੱਚ ਗਾਏ ਹੋਣ ਕਰਕੇ ਇਹ ਥੋੜ੍ਹੀ ਆਵਾਜ਼ ਦੇ ਬਾਵਜੂਦ ਗੁਆਂਢੀਆਂ ਦੇ ਘਰ ਦੇ ਜੀਆਂ ਦੇ ਕੰਨਾਂ ਤੱਕ ਪਹੁੰਚ ਹੀ ਜਾਂਦੇ ਹਨ। ਇਹਨਾਂ ਗੀਤਾਂ ਵਿੱਚ ਕਲਾ ਦਾ ਪੱਲਾ ਕਿਧਰੇ ਵੀ ਨਹੀਂ ਛੱਡਿਆ ਗਿਆ। ਇੱਕ ਮਰਦ ਹੋਣ ਦੇ ਬਾਵਜੂਦ ਚਮਕੀਲੇ ਨੇ ਪੰਜਾਬੀ ਔਰਤ ਦੀ ਧੁਰ ਡੂੰਘੀ ਮਾਨਸਿਕਤਾ ਨੂੰ ਪੂਰੀ ਕਲਾ ਕੌਸ਼ਲ ਨਾਲ ਪੇਸ਼ ਕੀਤਾ ਹੈ। ਜਿਵੇਂ ਸਤਰਾਂ ਹਨ, ਮੇਰਾ ਵਿਆਹ ਕਰਵਾਉਣ ਨੂੰ ਜੀ ਕਰਦਾ ਬੇਬੇ ਨਾ ਮਰ। ਚਮਕੀਲੇ ਦੇ ਗੀਤ ਸਿਰਫ ਰਿਸ਼ਤਿਆਂ ਦੀ ਕਾਮ ਕਥਾ ਹੀ ਨਹੀਂ ਬਿਆਨਦੇ ਬਲਕਿ ਉਸਨੇ ਲੋਕ ਤੱਥ, ਲੋਕ ਸੱਚ ਵੀ ਪੇਸ਼ ਕੀਤੇ ਹਨ। ਤਲਵਾਰ ਮੈਂ ਕਲਗੀ ਧਰਦੀ ਹਾਂ, ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਵਰਗੇ ਗੀਤ ਵੀ ਉਸਨੇ ਗਾਏ ਅਤੇ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਵੀ ਲੱਗਦੇ ਰਹੇ। ਚਮਕੀਲਾ ਐਸਾ ਇਨਸਾਨ ਸੀ ਜਿਸਦਾ ਕਿਸੇ ਵੀ ਔਰਤ ਨਾਲ ਨਜਾਇਜ਼ ਰਿਸ਼ਤਾ ਨਹੀਂ ਸੀ। ਉਸਦਾ ਵਾਸਤਵਿਕ ਜ਼ਿੰਦਗੀ ਵਿੱਚ ਵੀ ਔਰਤ ਬਾਰੇ ਦ੍ਰਿਸ਼ਟੀਕੋਣ ਵਾਸਤਵਿਕ ਹੀ ਸੀ। ਉਹ ਸਿਰਫ ਗੀਤਾਂ ਵਿੱਚ ਹੀ ਔਰਤ ਨੂੰ ਪੇਸ਼ ਨਹੀਂ ਸੀ ਕਰਦਾ ਬਲਕਿ ਉਹ ਕਾਲੇ ਦਿਨਾਂ ਵਿੱਚ ਵੀ ਆਪਣੀ ਪਤਨੀ ਨੂੰ ਨਾਲ ਲੈ ਕੇ ਸਟੇਜ ਤੇ ਲੋਕਾਂ ਦਾ ਮਨੋਰੰਜਨ ਕਰਦਾ ਸੀ। ਅੱਜ ਔਰਤਾਂ ਜੇਕਰ ਪੰਜਾਬੀ ਗਾਇਕੀ ਵਿੱਚ ਪ੍ਰਵੇਸ਼ ਕਰ ਸਕੀਆਂ ਹਨ, ਇਹ ਤਾਂ ਸੰਭਵ ਹੋ ਸਕਿਆ ਕਿਉਂਕਿ ਲੋਕਾਂ ਦੀ ਮਾਨਸਿਕਤਾ ਬਦਲੀ ਹੈ। ਇਸ ਮਾਨਸਿਕਤਾ ਨੂੰ ਬਦਲਣ ਵਿੱਚ ਅਮਰ ਸਿੰਘ ਚਮਕੀਲਾ ਅਤੇ ਉਸਦੀ ਪਤਨੀ ਅਮਰਜੋਤ ਦਾ ਬਹੁਤ ਵੱਡਾ ਯੋਗਦਾਨ ਹੈ। ਚਮਕੀਲੇ ਦੇ ਗੀਤ ਕੁਆਰੇ ਅਤੇ ਛੜੇ ਛੜਾਂਗ ਲੋਕਾਂ ਦੇ ਮਾਨਸਿਕ ਭਾਵ ਦੀ ਤ੍ਰਿਪਤੀ ਕਰਦੇ ਹਨ। ਇਹਨਾਂ ਗੀਤਾਂ ਦਾ ਜ਼ਿਕਰ ਇੰਨਾ ਹੀ ਮਾੜਾ ਪ੍ਰਭਾਵ ਹੁੰਦਾ ਤਾਂ ਪੰਜਾਬ ਵਿੱਚ ਹਿੰਸਾ, ਅਪਰਾਧ ਤੇ ਬਲਾਤਕਾਰ ਦੀਆਂ ਘਟਨਾਵਾਂ ਨੇ ਵੱਧ ਜਾਣਾ ਸੀ ਬਲਕਿ ਉਸਦੇ ਗਾਏ ਗੀਤਾਂ ਨੇ ਐਸੀਆਂ ਘਟਨਾਵਾਂ ਨੂੰ, ਐਸੀਆਂ ਸੰਭਾਵਨਾਵਾਂ ਨੂੰ ਕਿਸੇ ਹੱਦ ਤੱਕ ਘਟਾਇਆ ਹੀ ਹੈ। ਚਮਕੀਲੇ ਦੇ ਗੀਤਾਂ ਵਿਚਲਾ ਪ੍ਰੇਮੀ ਘੜਿਆ ਘੜਾਇਆ ਨਹੀਂ ਬਲਕਿ ਸਮਕਾਲੀ ਸਮਾਜ ਵਿੱਚ ਉਪਲਬਧ ਮਰਦ ਹੈ। ਉਸਦੇ ਗੀਤਾਂ ਵਿੱਚ ਉਭਰਦਾ ਪ੍ਰੇਮੀ ਰਾਂਝੇ ਵਰਗਾ ਨਹੀਂ ਬਲਕਿ ਮਿਰਜੇ ਵਰਗਾ ਹੈ। ਉਹ ਡੰਕੇ ਦੀ ਚੋਟ ਉੱਤੇ ਪਿਆਰ ਕਰਦਾ ਹੈ। ਉਹ ਗਲੀ ਵਿੱਚ ਆ ਕੇ ਆਪਣੀ ਪ੍ਰੇਮਿਕਾ ਦਾ ਨਾਮ ਲੈਣ ਦਾ ਜਿਗਰਾ ਰੱਖਦਾ ਹੈ।
ਗਿੱਧੇ ਵਿੱਚ ਉਸਦਾ ਨਾਮ ਲੈ ਕੇ ਬੋਲੀਆਂ ਪਾਉਂਦਾ ਹੈ। ਉਸਦੀ ਪ੍ਰੇਮਿਕਾ ਬਥੇਰਾ ਕਹਿੰਦੀ ਹੈ, ਮੇਰੇ ਬਾਪੂ ਨੇ ਖੁੰਡੇ ਨੂੰ ਤੇਲ ਲਾ ਕੇ ਰੱਖਿਆ, ਪਰ ਕਿਸੇ ਦੀ ਵੀ ਉਹ ਪਰਵਾਹ ਨਹੀਂ ਕਰਦਾ। ਅਖੀਰ ਜਦੋਂ ਦੋਵਾਂ ਦੇ ਇਸ਼ਕ ਦਾ ਢੋਲ ਸਾਰੇ ਪਿੰਡ ਵਿੱਚ ਵੱਜ ਜਾਂਦਾ ਹੈ ਤਾਂ ਉਹ ਆਪਣੀ ਪ੍ਰੇਮਿਕਾ ਦੀ ਬਾਂਹ ਭਰੀ ਸੱਤ ਵਿੱਚ ਫੜ ਲੈਂਦਾ ਹੈ। ਉਹ ਆਪਣੀ ਪ੍ਰੇਮਿਕਾ ਦੇ ਭਰਾਵਾਂ ਅਤੇ ਬਾਪੂ ਨਾਲ ਇਕੱਲਾ ਕਹਿਰਾ ਲੜਦਾ ਹੈ। ਚਮਕੀਲੇ ਨੇ ਇਹ ਸੇਧ ਕਿੱਸਾਕਾਰ ਪੀਲੂ ਸ਼ਾਹ ਤੋਂ ਲਈ। ਤੇਰੇ ਭਾਈਆਂ ਨਾਲ ਪੈਗੀ ਦੁਸ਼ਮਣੀ, ਤੇਰੇ ਨਾਲ ਪੈਗੀ ਯਾਰੀ, ਪੰਜ ਭਾਈ ਇੱਕ ਬਾਪੂ ਤੇਰਾ, ਨੀ ਰਿਸ਼ਤੇਦਾਰੀ ਭਾਰੀ, ਇਕੱਲਾ ਇਕੱਲਾ ਮੈਂ ਕੁੱਟ ਦੂ ਮਾਰ ਕੇ ਲੁੰਘ ਲੈਣਾ ਸਭ ਤੇਰਾ। ਪਰ ਮਿਰਜ਼ੇ ਦੇ ਵਾਂਗ ਗੀਤਾਂ ਵਿਚਲੇ ਆਸ਼ਕ ਦਾ ਹੰਕਾਰ ਵੀ ਟੁੱਟ ਜਾਂਦਾ ਹੈ। ਨਤੀਜਾ, ਉਹ ਆਪਣੇ ਹੋ ਸਕਣ ਵਾਲੇ ਸਾਲਿਆਂ ਅਤੇ ਸਹੁਰੇ ਵਿੱਚ ਘਿਰ ਜਾਂਦਾ ਹੈ। ਕਿੱਸਾਕਾਰ ਪੀਲੂ ਸ਼ਾਹ ਵਾਂਗ ਚਮਕੀਲੇ ਨੇ ਵੀ ਆਸ਼ਕ ਜੱਟ ਦੀ ਇਸ ਅਵਸਥਾ ਦਾ ਖੂਬਸੂਰਤ ਚਿਤਰਨ ਕੀਤਾ ਹੈ। ਗਲ ਵਿੱਚ ਸਾਫਾ ਕੇਸ ਖਿਜਰੇ, ਜੇਕਰ ਪੀਲੂ ਸ਼ਾਹ ਦੀਆਂ ਇਹਨਾਂ ਸਤਰਾਂ ਨੂੰ ਚਮਕੀਲੇ ਨਾਲ ਜੋੜ ਕੇ ਦੇਖੀਏ ਤਾਂ ਚਮਕੀਲੇ ਦੀ ਕਲਾ ਵੀ ਕਿਸੇ ਪੱਖੋਂ ਘੱਟ ਨਹੀਂ। ਪੀਲੂ ਸ਼ਾਹ ਦੀਆਂ ਸਤਰਾਂ ਹਨ, ਸਿਰ ਤੋਂ ਸਾਫਾ ਲੈ ਗਿਆ, ਗਲ ਵਿੱਚ ਪੈ ਗਈ ਝੰਡ, ਚੱਟ ਬਾਜ ਭਰਾਵਾਂ ਮਾਰਿਆ, ਕੋਈ ਨਾ ਮਿਲਜੇ ਸੰਗ, ਇਹ ਪੀਲੂ ਸ਼ਾਹ ਦੀਆਂ ਸਤਰਾਂ ਹਨ। ਅਮਰ ਸਿੰਘ ਚਮਕੀਲਾ ਪੀਲੂ ਸ਼ਾਹ ਦੇ ਬਰਾਬਰ ਦਾ ਹੀ ਨਹੀਂ ਬਲਕਿ ਵਾਰਿਸ ਸ਼ਾਹ ਦੇ ਵੀ ਬਰਾਬਰ ਦਾ ਕਲਾਕਾਰ ਹੈ। ਵਾਰਿਸ ਸ਼ਾਹ ਦੀ ਕਲਾ ਨਾਲੋਂ ਚਮਕੀਲੇ ਦੀ ਕਲਾ ਘੱਟ ਨਹੀਂ। ਕੱਛ ਬੰਜੜੀ ਮੋਢੇ ਮਾਰ ਬੁੱਕੜ, ਰਾਂਝਾ ਹੋ ਤੁਰਿਆ ਵਾਰਿਸ ਸ਼ਾਹ ਜਿਹਾ, ਇਹ ਵਾਰਿਸ ਸ਼ਾਹ ਦੀਆਂ ਸਤਰਾਂ ਸੀ। ਅੱਗੇ ਚਮਕੀਲੇ ਦੀਆਂ ਸਤਰਾਂ ਹਨ, ਹੁਣ ਟੁੱਟੇ ਦਿਲ ਦੀਆਂ ਕੌਣ ਸੁਣੂਗਾ ਹੋਕਾਂ ਨਹੀਂ, ਪਿਆਰਾਂ ਦੀ ਬੰਜੜੀ ਟੁੱਟ ਗਈ ਮਾਰੇ ਕੂਕਾਂ ਨੇ, ਹੁਣ ਭਗਵਾਂ ਪਾ ਚਮਕੀਲਾ ਬਣ ਕੇ ਨਿਤਰਾਂਗੇ। ਵਾਰਿਸ ਤੇ ਚਮਕੀਲਾ ਦੋਵਾਂ ਦੀ ਕਲਾ ਤੁਹਾਡੇ ਸਾਹਮਣੇ ਹੈ। ਬੰਜੜੀ ਨਾਲ ਬੰਜੜੀ ਮਿਲਾ ਲਵੋ, ਰਾਂਝੇ ਨਾਲ ਭਗਵਾਂ ਮਿਲਾ ਲਵੋ, ਚਮਕੀਲੇ ਦੀ ਕਲਾ ਬਰਾਬਰ ਖੜਦੀ ਹੈ। ਵਾਰਿਸ ਦੀ ਕਾਵਕ ਜੁਗਤ ਵਾਰਿਸ ਸ਼ਾਹ ਜਿਹਾ ਦੇ ਬਰਾਬਰ, ਚਮਕੀਲਾ ਬਣ ਕੇ ਨਿਤਰਾਂਗੇ, ਗੀਤ ਜੁਗਤ ਵੀ ਹਾਜ਼ਰ ਹੈ। ਬਸ ਫਰਕ ਇਹ ਹੈ, ਵਾਰਿਸ ਸ਼ਾਹ ਕਹਿੰਦਾ ਹੈ ਰਾਂਝਾ ਹੋ ਤੁਰਿਆ ਵਾਰਿਸ ਸ਼ਾਹ ਜਿਹਾ, ਅਤੇ ਚਮਕੀਲਾ ਕਹਿੰਦਾ ਹੈ ਹੁਣ ਭਗਵਾਂ ਪਾ ਚਮਕੀਲਾ ਬਣ ਕੇ ਨਿਤਰਾਂਗੇ। ਹੁਣ ਕੋਈ ਉੱਠ ਕੇ ਕਹੇ ਕਿ ਚਮਕੀਲਾ ਮਾੜੇ ਗੀਤ ਗਾਉਂਦਾ ਹੈ, ਜਿਸ ਤਰ੍ਹਾਂ ਮੈਂ ਪਹਿਲਾਂ ਹੀ ਕਿਹਾ ਹੈ ਕਿ ਉਸਦੇ ਗੀਤਾਂ ਦੀ ਕਾਮਯਾਬੀ ਵਿੱਚ ਕਲਾ ਦਾ ਹੀ ਬਹੁਤ ਵੱਡਾ ਯੋਗਦਾਨ ਹੈ। ਚਮਕੀਲੇ ਦੇ ਗੀਤਾਂ ਵਿਚਲਾ ਪ੍ਰੇਮੀ ਆਧੁਨਿਕ ਨਹੀਂ ਬਲਕਿ ਜਗੀਰਦਾਰ ਕਦਰਾਂ ਕੀਮਤਾਂ ਦਾ ਧਾਰਨੀ ਆਸ਼ਕ ਜੱਟ ਹੈ। ਉਹ ਮਚੜਿਆ ਹੋਇਆ ਹੈ, ਨਸ਼ੇ ਕਰਦਾ ਹੈ, ਟੰਬੇ ਪੈ ਜਾਣ ਮਗਰੋਂ ਵੀ ਬੇਸ਼ਰਮ ਹੈ। ਉਸਦੇ ਮੂੰਹ ਵਿੱਚ ਮਣਾ ਮੂਹੀ ਗਾਲਾਂ ਹਨ, ਲੜਾਈ ਦੇ ਦ੍ਰਿਸ਼ ਚਿੱਤਰਾਂ ਵਿੱਚ ਚਮਕੀਲਾ ਬਾ ਕਮਾਲ ਹੈ। ਚੱਲਦੇ ਗੰਡਾਸਿਆਂ ਦੇ ਦੰਦ ਭੁਰ ਗਏ, ਨੀ ਕੌਣ ਸਾਲੇ ਵਾਰਦਾਤ ਘਰ ਮੁੜ ਗਏ। ਕੁੱਟਣ ਲਈ ਚਮਕੀਲੇ ਨੇ ਕੁੱਟ ਕੁੱਟ ਪੱਧਰਾ ਕਰਨਾ, ਤੱਕੜੇ ਵਰਗਾ ਕਰਨਾ, ਪੁੱਤ ਬਣਾ ਕੇ ਛੱਡਣਗੇ, ਸੁਸਤ ਸੰਭਾਲੀ ਜਾਓ, ਰਗੜ ਕੇ ਰੱਖਤਾ, ਪੂੰਛੋਂ ਫੜ ਲਿਆ ਤੋਰੀ ਨੂੰ, ਆਦਿ ਮੁਹਾਵਰੇ ਵਰਤੇ ਹਨ। ਬੜਕਾ ਮਾਰਦੇ ਅਤੇ ਪੜੂਏ ਸਾਲੇ ਭੈਣ ਦੇਣੀ ਦੇ ਫੇਰੇ ਦੇਣੀ ਦੇ ਆਦਿ ਗਾਲਾਂ ਕੱਢਦਾ ਜੱਟ ਚਿੱਤਰਦਾ ਹੈ। ਵੈਰੀ ਨੂੰ ਕੁੱਟਣ ਜਾਂ ਘੜੀਸਣ ਦਾ ਜ਼ਿਕਰ ਤਾਂ ਬਹੁਤ ਸਾਰੇ ਗੀਤਾਂ ਜਾਂ ਕਿੱਸਿਆਂ ਵਿੱਚ ਹੋਇਆ ਹੈ, ਪਰ ਕੁੱਟ ਕੇ ਬਾਲਾ ਕੱਢਣ ਦਾ ਜ਼ਿਕਰ ਕਰਨਾ ਸਿਰਫ ਚਮਕੀਲੇ ਦੇ ਹੀ ਹਿੱਸੇ ਆਇਆ ਹੈ। ਫਿਰਦੇ ਨਾਡੂ ਖਾਂ ਜੋ ਬੱਟੇ, ਜੱਟ ਨੇ ਰਗੜ ਬਾਲੇ ਜਦ ਕੱਢੇ। ਸਾਡੇ ਸੱਭਿਆਚਾਰ ਵਿੱਚ ਮਕਲਾਵੇ ਦਾ ਵਿਸ਼ੇਸ਼ ਸਥਾਨ ਹੈ। ਇਸਦਾ ਖੂਬਸੂਰਤ ਵਰਣਨ ਇਉਂ ਕੀਤਾ ਗਿਆ ਹੈ, ਪਹਿਲੇ ਦਿਨ ਆਇਆ ਹੋਣਾ ਦਾਰੂ ਕੁੱਟ ਲਾ ਕੇ ਨਹੀਂ,
ਮੁੰਡੇ ਕੁੰਡਿਆਂ ਨੇ ਹੁਣ ਭੇਜਿਆ ਸਿਖਾ ਕੇ ਨੀ, ਖੰਡ ਦੇ ਮਕਾਣੇ ਪਿਆ ਦੁੱਧ ਸੀ ਸਰਾਣੇ। ਬਾਲ ਵਿਆਹ ਸਾਡੇ ਸਮਾਜ ਦੀ ਅਹਿਮ ਸਮੱਸਿਆ ਰਹੀ ਹੈ। ਛੋਟੀ ਉਮਰ ਵਿੱਚ ਜਦੋਂ ਬਾਲਕ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਤਾਂ ਉਹ ਆਪਣੀਆਂ ਸਰੀਰਕ ਤੇ ਸਮਾਜਿਕ ਜ਼ਿੰਮੇਵਾਰੀਆਂ ਪੂਰੀਆਂ ਨਹੀਂ ਕਰ ਸਕਦਾ, ਜਿਸ ਦਾ ਨਤੀਜਾ ਇਹ ਹੁੰਦਾ ਹੈ ਮੁੰਡਾ ਬੋਤਲ ਚ ਪੋਵੇ ਜਿੰਨਾ ਘਟਿਆ ਪਿਆ। ਚਮਕੀਲੇ ਦੇ ਗੀਤ ਸਾਡੇ ਸੱਭਿਆਚਾਰ ਦੀ ਜਿਉਂਦੀ ਜਾਗਦੀ ਤਸਵੀਰ ਹੈ। ਉਸਨੇ ਆਪਣੇ ਗੀਤਾਂ ਵਿੱਚ ਸਿਰਫ ਕਾਮ ਕਥਾ ਹੀ ਨਹੀਂ ਬਲਕਿ ਪੂਰੇ ਸੱਭਿਆਚਾਰ ਨੂੰ ਇਉਂ ਪੇਸ਼ ਕੀਤਾ ਹੈ। ਕੁੰਡਾਂ ਉੱਤੇ ਜੁੜ ਕੇ ਬਹਿੰਦੀ ਨਿੱਤ ਮੁੰਡਿਆਂ ਦੀ ਢਾਣੀ, ਕੁੜਤੀ ਸੱਤ ਰੰਗ ਦੀ ਉੱਤੇ ਘੁੱਗੀਆਂ ਗਟਾਰਾਂ ਪਾਈਆਂ, ਖਾਧੀਆਂ ਖੁਰਾਕਾਂ ਹੁਣ ਕੰਮ ਆਉਣਗੀਆਂ। ਚਮਕੀਲੇ ਦੀ ਕਲਾ ਸਮਰੱਥਾ ਦਾ ਇੱਥੋਂ ਵੀ ਪਤਾ ਲੱਗਦਾ ਹੈ ਕਿ ਉਸਦੀਆਂ ਲਿਖੀਆਂ ਬਹੁਤ ਸਾਰੀਆਂ ਗੀਤ ਸਤਰਾਂ ਆਪਣੇ ਆਪ ਵਿੱਚ ਲੋਕ ਗੀਤ ਬਣਨ ਦੀ ਸਮਰੱਥਾ ਰੱਖਦੀਆਂ ਹਨ। ਜੇਕਰ ਤੁਹਾਨੂੰ ਇਹ ਨਾ ਦੱਸੀਏ ਕਿ ਹੇਠ ਲਿਖੀਆਂ ਤੁਕਾਂ ਚਮਕੀਲੇ ਦੀਆਂ ਸਿਰਜੀਆਂ ਹਨ ਤਾਂ ਤੁਸੀਂ ਇਹੋ ਕਹੋਗੇ ਕਿ ਇਹ ਤਾਂ ਪੰਜਾਬੀ ਦੇ ਲੋਕ ਗੀਤ ਹਨ। ਤੇਰੇ ਨਾਲੋਂ ਬਾਣੀਆ ਚੰਗਾ ਜਿਹੜਾ ਖੋਏ ਦੀ ਕਮਾਉਂਦਾ ਬਰਫ। ਗੱਭਰੂ ਨਾ ਹਲ ਜੋੜਦੇ ਨਿੱਤ ਝਾਕਾ ਲੈਣ ਦੇ ਮਾਰੇ। ਅਸੀਂ ਚਮਕੀਲੇ ਨੂੰ ਸਮਝਣ ਦੀ ਥਾਂ ਉਸ ਬਾਰੇ ਲੱਗੇ ਪੋਸਟਰਾਂ ਸਟਿੱਕਰਾਂ ਨਾਰਿਆਂ ਤੇ ਇਲਜ਼ਾਮਾਂ ਪਿੱਛੇ ਵਧੇਰੇ ਲੱਗੇ ਹਾਂ। ਚਮਕੀਲਾ ਸਾਡਾ ਪ੍ਰਾਈਡ ਗਾਇਕ ਹੈ ਤੇ ਸਾਨੂੰ ਪੰਜਾਬ ਦੇ ਹੋਰ ਕਲਾਕਾਰਾਂ ਵਾਂਗ ਉਸਦੀ ਕਲਾ ਉੱਤੇ ਵੀ ਮਾਣ ਹੋਣਾ ਚਾਹੀਦਾ ਹੈ। ਉਹ ਆਪ ਵੀ ਲਿਖ ਗਿਆ ਹੈ, ਬੁਰਾ ਹੈ ਵਿਛੋੜਾ ਚਮਕੀਲੇ ਬਾਈ ਦਾ, ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈ ਦਾ, ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈ ਦਾ।